ਅੱਗੇ ਵਧਾਂਗੇ। ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਆਇਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਵੱਡੇ ਮਤਾਂ ਤੋਂ ਜੁੜਾ ਹੈ, ਜਿੱਤ ਹਾਸਲ ਕਰੇਗੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਇਹ ਵੱਡਾ ਬਿਆਨ ਆਇਆ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਧਿਆਕਸ਼ ਔਰ ਸਾਂਸਦ ਰਾਜਾ ਵੜਿੰਗ ਸਾਡੇ ਨਾਲ ਹੈ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਜਲੰਧਰ ਦੇ ਵਿੱਚ ਜਿਹੜਾ ਵਾ ਚੁਣਾਵੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਜਿਮਨੀ ਚੋਣ ਦਾ, ਔਰ ਕਿਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਰਾਜਾ ਜੀ, ਅੱਜ ਤੁਸੀਂ ਆਏ ਹੋ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਪ੍ਰਚਾਰ, ਕਿਸ ਤਰ੍ਹਾਂ ਦਾ ਮਤਲਬ ਤੁਹਾਨੂੰ ਲੱਗ ਰਿਹਾ? ਬਿਲਕੁਲ, ਮੈਨੂੰ ਲੱਗਦਾ ਕਿ ਮਾਹੌਲ ਬਹੁਤ ਸੋਹਣਾ ਬਣਿਆ ਹੋਇਆ, ਔਰ ਜਿਹੜੀ ਸਾਡੀ ਉਮੀਦਵਾਰ ਹੈ ਉਹ ਬਹੁਤ ਨੇਕ ਔਰ ਇਮਾਨਦਾਰ ਮੈਂ ਕਿਹਾ ਔਰਤ ਨੇ, ਔਰ ਬੜੇ ਚਿਰ ਬਾਅਦ ਦੁਆਬੇ ਦੇ ਵਿੱਚ ਕਿਸੇ ਔਰਤ ਨੂੰ ਮਾਨ ਸਨਮਾਨ ਮਿਲਿਆ, ਔਰ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਜਿਹੜੀ ਇਹ ਬਾਈ ਇਲੈਕਸ਼ਨ ਹੈ ਵੱਡੇ ਫਰਕ ਦੇ ਨਾਲ ਅਸੀਂ ਇਹ ਜਿੱਤਾਂਗੇ। ਇੱਕ ਆਪਣਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਵਾ ਕਿ ਰਾਜਾ ਵੜਿੰਗ ਹੋ ਗਏ ਜਾਂ ਪ੍ਰਤਾਪ ਬਾਜਵਾ ਹੋ ਗਏ ਜਾਂ ਸੁਖਪਾਲ ਖਹਿਰਾ ਹੋ ਗਏ, ਇਹ ਆਪਣਾ ਚੰਡੀਗੜ੍ਹ ਤੋਂ ਰਾਜ ਕਰਨਾ ਚਾਹੁੰਦੇ ਨੇ, ਪਰ ਉਹ ਕਹਿੰਦੇ ਵੀ ਇਹਨਾਂ ਨੂੰ ਪੰਜਾਬੀ ਤੱਕ ਨਹੀਂ ਆਉਂਦੀ, ਅਗਰ ਉਹ 20 ਨੰਬਰ ਵੀ ਲੈ ਜਾਣਗੇ ਤਾਂ ਮੈਂ ਇਹਨਾਂ ਨੂੰ ਪੰਜਾਬੀ ਆਉਂਦੀ ਹੈ ਜਾਂ ਨਹੀਂ ਆਉਂਦੀ ਇਹ ਰਾ ਮੇਰਾ ਖਿਆਲ ਅਸੀਂ ਲੋਕਾਂ ਨੂੰ ਜਵਾਬ ਦੇਣਾ ਮੁਨਾਸਿਬ ਸਮਝਾਂਗੇ ਜਦੋਂ ਲੋਕ ਸਾਥੋਂ ਪੁੱਛਣਗੇ। ਮੁੱਖ ਮੰਤਰੀ ਦੀ ਗੱਲ ਦਾ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਮੁੱਖ ਮੰਤਰੀ ਦੀ ਹਰ ਗੱਲ ਦਾ ਜਵਾਬ ਦੇਈਏ, ਕੋਈ ਹੋਰ ਕੰਮ ਦੀ ਗੱਲ ਤਾਂ ਹੋਊਗਾ। ਆਮ ਆਦਮੀ ਪਾਰਟੀ ਵੱਲੋਂ 10 ਮੁੱਦੇ ਲੈ ਕੇ ਚੱਲੇ ਗਏ ਨੇ, ਤੁਹਾਡੇ ਵੱਲੋਂ ਕਿਹੜੇ ਮੁੱਦੇ ਲੈ ਕੇ ਆਏ? 2.5 ਸਾਲ ਹੋ ਗਏ, ਸਾਰੇ ਮੁੱਦਿਆਂ 'ਤੇ ਆਮ ਆਦਮੀ ਫੇਲ ਹੋ ਗਈ ਹੈ। 13 ਸੀਟਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 13-0, ਅੱਜ 3 ਸੀਟਾਂ 'ਤੇ ਸਿਮਟ ਕੇ ਰਹਿ ਗਿਆ। ਮੇਰੀ ਗੱਲ ਯਾਦ ਰੱਖਿਓ, ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਇਹ ਚੁਣਾਵ ਹਾਰਿਆ। ਇੱਕ ਬਿੱਟੂ ਜਿਹੜੇ ਨੇ ਹੁਣ ਮੰਤਰੀ ਬਣੇ ਨੇ, ਤੁਹਾਡੇ ਮੁਕਾਬਲਾ ਰਿਹਾ ਉਹਨਾਂ ਦੇ ਨਾਲ, ਉਹਨਾਂ ਵੱਲ ਇਹ ਗੱਲ ਕਹੀ ਗਈ ਹੈ ਕਿ ਅਗਰ ਪੰਜਾਬ ਦੀ ਸਰਕਾਰ ਤੁਹਾਡੀ ਇਨਕੁਆਇਰੀ ਕਰਾਉਂਦੀ ਹੈ ਤਾਂ ਵੈਲ ਐਂਡ ਗੁੱਡ ਹੈ, ਅਦਰਵਾਈਜ਼ ਅਸੀਂ ਜਿਹੜਾ ਵਾ CBI ਤੋਂ ਈਡੀ ਕੋਲ ਇਨਕੁਆਇਰੀ। ਪਹਿਲਾਂ ਮੇਰੀ ਸੁਣੋ, ਤੁਹਾਡੇ ਕੋਲ ਕੋਈ ਗੱਲ ਚੰਗਾ ਸਵਾਲ ਨਹੀਂ ਗਾ, ਤੁਸੀਂ ਹਰ ਗੱਲ ਵੀ ਫਲਾਣਾ ਕੀ ਕਹਿੰਦਾ ਫਲਾਣਾ ਕੀ ਕਹਿੰਦਾ। ਮੈਂ ਰਾਜਾ ਵੜਿੰਗ ਇਸੇ ਦੌਰ 'ਚੋਂ ਗੁਜ਼ਰਦਾ ਹੋਇਆ ਇੱਥੋਂ ਤੱਕ ਪਹੁੰਚੇ, ਔਰ ਮੈਂ ਕਦੇ ਕਿਸੇ ਗੱਲ ਦੀ ਬਾਬੇ ਨਾਨਕ ਤੋਂ ਬਿਨਾਂ ਕਿਸੇ ਚੀਜ਼ ਦੀ ਕਦੇ ਜ਼ਿੰਦਗੀ 'ਚ ਪਰਵਾਹ ਨਹੀਂ ਕੀਤੀ। ਸੋ ਜਿਹਦਾ ਜੋ ਜਿਹਨੇ ਕਰਨਾ ਹੈ ਉਹ ਉਹਦੀ ਮਰਜ਼ੀ ਹੈ, ਬਾਬਾ ਜਿਹਦੇ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ।